ਮੇਰਾ ਨਾਮ ਜੀ ਗੁਰਮਖ ਸਿੰਘ ਗਰੇਵਾਲ ਪਿੰਡ ਮੇਰਾ ਫਰਵਾਲੀ ਆ ਜੀ ਮਲੇਰ ਕੋਟਲਾ ਜੋ ਨਵਾਂ ਜ਼ਿਲ੍ਹਾ ਬਣਿਆ ਉਸ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਪੈਂਦਾਗਾ ਜੀ ਅੱਜ ਦਾ ਜੀ ਪ੍ਰੋਗਰਾਮ ਇਸ ਤਰ੍ਹਾਂ ਸੀਗਾ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਬਠਿੰਡੇ ਦੇ ਵਿੱਚ ਆਏ ਨੇ ਸਰਪੰਚਾਂ ਨੂੰ ਜਾਗਰਤ ਕਰਨ ਦੇ ਲਈ ਉਹ ਇੱਕ ਉਹਨਾਂ ਨੇ ਸਾਨੂੰ 26 ਤਰੀਕ ਦਾ ਕੁਝ ਸਰਕਾਰ ਨੇ ਉਸ ਮਤੇ ਪਾਸ ਕਰੇ ਨੇ ਜੋ ਸਾਡੀਆਂ ਪੰਚਾਇਤਾਂ ਦੇ ਸਾਡੇ ਬਜ਼ੁਰਗਾਂ ਦੇ ਸਾਡੇ ਪੁਰਖਿਆਂ ਦੇ ਬਿਲਕੁਲ ਗਲਤ ਜਾ ਰਹੇ ਨੇ ਉਹ ਸਾਡੀਆਂ ਜ਼ਮੀਨਾਂ ਨੂੰ ਆਪਣੇ ਨਾਮ ਕਰ ਰਹੇ ਨੇ ਜਿਵੇਂ ਅਸੀਂ ਜਗ੍ਹਾ ਦੇ ਵਿੱਚ ਕੋਈ ਡਿਸਪੈਂਸਰੀ ਬਣਾ ਸਕਦੇ ਆ ਸਾਡੀ ਪਾਵਰ ਹੁੰਦੀ ਆ ਉਹ ਸਾਡੀਆਂ ਪਾਵਰਾਂ ਖੋ ਰਹੇ ਨੇ ਜੀ ਉਸ ਸੰਬੰਧ ਦੇ ਵਿੱਚ ਅੱਜ ਇੱਥੇ ਅਸੀਂ ਸਾਰੇ ਸਰਪੰਚ ਆਏ ਆ ਜੀ ਉਹਦਾ ਕੱਟ ਰੱਖਿਆ ਸੀਗਾ ਜੀ ਸਰਕਾਰ ਦਾ ਫੈਸਲਾ ਤਾਂ ਜੀ ਇਹ ਬਹੁਤ ਜ਼ਿਆਦਾ ਮਾੜਾਗਾ ਜਿਵੇਂ ਸਾਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਦੋਤਾ ਸਾਹਿਬ ਨੇ ਸਰਦਾਰ ਗੋਵਿੰਦ ਸਿੰਘ ਸੰਧੂ ਉਹਨਾਂ ਨੇ ਅੱਜ ਸਾਨੂੰ ਇੱਥੇ ਜਾਣਕਾਰੀ ਦਿੱਤੀ ਆ ਕਿ ਇਹ 26 ਤਰੀਕ ਨੂੰ ਮਤਾ ਪਾਸ ਹੋ ਗਿਆ ਪਰ ਇਹਨੂੰ ਅਸੀਂ ਲਾਗੂ ਨਹੀਂ ਹੋਣ ਦਵਾਂਗੇ ਜਿਵੇਂ ਵੀ ਸਾਨੂੰ ਕੋਈ ਇਹ ਕਹਿਣਗੇ ਸੰਘਰਸ਼ ਕਰਨਾ ਪਿਆ ਜਾਂ ਜਿਹੜਾ ਵੀ ਕੁਝ ਕਰਨਾ ਪਿਆ ਤਾਂ ਅਸੀਂ ਰਲ ਮਿਲ ਕੇ ਜਰੂਰ ਸਾਰੀਆਂ ਪੰਚਾਇਤਾਂ ਸਾਰੇ ਪੰਜਾਬ ਦੀਆਂ ਅਸੀਂ ਕਰਾਂਗੇ ਪਹਿਲਾਂ ਪੰਚਾਇਤਾਂ ਜਿਹੜੇ ਸਰਪੰਚ ਬਣਦੇ ਸੀ ਉਹਨੂੰ ਗਾਰੰਟੀ ਵੀ ਦਿੱਤੀ ਜਾਂਦੀ ਸੀ ਕਿ ਹੁਣ ਆਲੋਚਨਾ ਮੈਂ ਜੀ ਤੁਸੀਂ ਚਲੋ ਇਹ ਗੱਲ ਸ਼ੁਰੂ ਕਰ ਲਈ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦਾ ਮੇਰਾ ਪਿੰਡ ਫਰਵਾਲੀ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਦੂਸਰੀ ਵਾਰ ਐਮਪੀ ਬਣਿਆ ਅਜ ਤੋਂ 4 ਸਾਲ ਪਹਿਲਾਂ ਇਸ ਨੇ ਇਹ ਗੱਲ ਕਹੀ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਬਣੂਗੀ ਮੈਂ 5 ਲੱਖ ਰੁਪਇਆ ਦਵਾਂਗਾ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਕਰੀਬਨ 90 ਪਿੰਡਾਂ ਦੀਆਂ ਸਰਬਸੰਮਤੀਆਂ ਹੋ ਚੁੱਕੀਆਂ ਨੇ ਜਿਦੇ ਵਿੱਚੋਂ ਇੱਕ ਮੇਰਾ ਪਿੰਡ ਫਰਵਾਲੀ ਵੀ ਆ ਮੇਰੇ ਪਿੰਡ ਜਦੋਂ ਐਮਪੀ ਦੀ ਇਲੈਕਸ਼ਨ ਲਈ ਵੋਟ ਮੰਗਣ ਆਇਆ ਸੀ ਤਾਂ ਮੈਂ ਇਹਨੂੰ ਪੁੱਛਿਆ ਸੀ ਵਿਰੋਧ ਕੀਤਾ ਸੀ ਮੈਂ ਕਿਹਾ ਜੀ ਉਹ 5 ਲੱਖ ਰੁਪਇਆ ਮੈਂ ਤੁਹਾਡੇ ਦਫ਼ਤਰ ਸਾਰੇ ਮਤੇ ਦੇ ਕੇ ਆਇਆ ਸਾਰੀ ਪੰਚਾਇਤ ਲੈ ਜਾ ਕੇ ਜਦੋਂ ਤੁਸੀਂ ਇਹ ਗੱਲ ਕਹੀ ਆ ਤਾਂ ਮੈਨੂੰ ਕਿਉਂ ਨਹੀਂ ਦੇ ਰਹੇ ਕੋਈ ਇਸ ਨੇ ਆਲਮਟੋਲ ਕਰਤਾ ਜੀ ਕੋਈ ਮੈਨੂੰ ਠੋਸ ਜਵਾਬ ਨਹੀਂ ਦਿੰਦਾ ਉਸ ਗੱਲ ਕਰਕੇ ਫਿਰ ਮੈਨੂੰ ਮਰਦਾਬਾਦ ਦੇ ਨਾਰੇ ਲਾਉਣੇ ਪਏ ਮੈਨੂੰ ਹਜੇ ਤੱਕ 5 ਲੱਖ ਰੁਪਇਆ ਨਹੀਂ ਮਿਲਿਆ ਦਵਾਰੇ ਮੁੱਖ ਮੰਤਰੀ ਵੱਡੀ ਪਾਵਰ 'ਚ ਵੀ ਆ ਗਏ ਉਹ ਕੋਈ ਇਹਨਾਂ ਨੇ ਦਿੱਤਾ ਨਹੀਂ ਮਤਾਵਾ ਭੈਣਾਂ ਨੂੰ ਇੱਕ ਇੱਕ ਹਜ਼ਾਰ ਰੁਪਇਆ ਕਿਹਾ ਦੱਸੋ ਕਿਹੜਾ ਵਾਦਾ ਪੂਰਾ ਕਰਿਆ ਹੁਣ ਇਹ ਸਾਡੀਆਂ ਜ਼ਮੀਨਾਂ ਨੂੰ ਹੜੱਪ ਕੇ ਇਹ ਵਾਦੇ ਪੂਰੇ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ